ਅਰਥੀ ਕਾਹਦੀ ਸਾੜੀ ਆਈ ਅੱਜ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੀ ਅਰਥੀ ਸਾੜੀ ਗਈ ਹੈ ਜਿਹੜਾ ਪ੍ਰੀਸ਼ਦ ਦੇ ਗੇਟ ਦੇ ਉੱਤੇ ਕਿਉਂਕਿ ਇੱਥੇ ਸਾਡਾ ਪੱਕਾ ਮੋਰਚਾ ਚੱਲ ਰਿਹਾ ਹੈ ਮਜ਼ਦੂਰ ਮੰਗਾਂ ਨੂੰ ਲੈ ਕੇ ਅੱਜ 85ਵੇਂ ਦਿਨ ਹੋ ਗਿਆ ਧਰਨਾ ਲੱਗੇ ਨੂੰ ਅੱਜ ਜਿਹੜੀ ਅਰਥੀ ਸਾੜੀ ਹੈ ਪੰਜਾਬ ਦੇ ਅੰਦਰ ਤੁਸੀਂ ਦੇਖਿਆ ਹੋਊਗਾ ਵੱਡੇ ਵੱਡੇ ਬੋਰਡ ਲਾ ਰੱਖੇ ਨੇ ਮਾਨ ਸਰਕਾਰ ਨੇ ਕਿ ਅਸੀਂ 8700 ਇੰਨੇ ਬੰਦੇ ਜਿਹੜੇ ਕੱਚੇ ਮੁਲਾਜ਼ਮ ਸੀ ਉਹਨਾਂ ਨੂੰ ਪੱਕੇ ਕਰ ਰਹੇ ਹਾਂ ਜਿਹੜਾ ਅਕਾਲੀਆਂ ਕਾਂਗਰਸੀਆਂ ਤੋਂ ਕੰਮ ਨਹੀਂ ਹੋਇਆ ਅਸੀਂ 70 ਸਾਲਾਂ 'ਚ ਕਰ ਦਿੱਤਾ ਉਹ 8700 ਜਿਹੜੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੀ ਹੈ ਸਰਕਾਰ ਉਹਦੇ ਵਿੱਚੋਂ ਐਸਸੀ ਬੀਸੀ ਕੈਟਾਗਰੀ ਦੇ ਜਿਹੜੇ ਰਿਜ਼ਰਵੇਸ਼ਨ ਸੀ ਸਾਬਕਾ ਫੌਜੀਆਂ ਲਈ ਅੰਗਹੀਣਾਂ ਲਈ ਔਰਤਾਂ ਲਈ ਜਿਹੜੀ ਨੌਕਰੀਆਂ 'ਚ ਰਿਜ਼ਰਵੇਸ਼ਨ ਕੋਟਾ ਸੀ ਉਹ ਖਤਮ ਕਰ ਦਿੱਤਾ ਗਿਆ ਕਿਸੇ ਵੀ ਰਿਜ਼ਰਵੇਸ਼ਨ ਦਾ ਹੱਕ ਨਹੀਂ ਦਿੱਤਾ ਗਿਆ ਕਿਸੇ ਵੀ ਵਰਗ ਨੂੰ ਇਸ ਲਈ ਮਾਨ ਸਰਕਾਰ ਵੱਲੋਂ ਜਿਹੜਾ ਦਲਤਾਂ ਦਾ ਸੰਵਿਧਾਨਕ ਹੱਕ ਖੋਇਆ ਜਾ ਰਿਹਾ ਇਹਦੇ ਖਿਲਾਫ ਮੁੱਖ ਮੰਤਰੀ ਦੀ ਅੱਜ ਅਸੀਂ ਮਾਨਸਾ ਦੇ ਵਿੱਚ ਅਰਥੀ ਸਾੜੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਵਿਧਾਨਕ ਹੱਕ ਨੂੰ ਬਚਾਉਣ ਵਾਸਤੇ ਮਾਨ ਸਰਕਾਰ ਦਾ ਦਲਤ ਵਿਰੋਧੀ ਜਿਹੜਾ ਹਮਲਾ ਇਹਦੇ ਖਿਲਾਫ ਇਹਦੇ ਖਾਤਮੇ ਲਈ ਪੰਜਾਬ ਦੇ ਅੰਦਰ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਅੰਦੋਲਨ ਤੇਜ਼ ਕਰਾਂਗੇ ਅੱਜ ਮਾਨਸਾ ਦੇ ਵਿੱਚ ਅਸੀਂ ਅਰਥੀ ਸਾੜ ਕੇ ਇਹ ਰਿਜ਼ਰਵੇਸ਼ਨ ਨੂੰ ਖਤਮ ਕਰਨ ਦਾ ਜਿਹੜਾ ਵਿਰੋਧ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡਾ ਵਿਰੋਧ ਕਰਾਂਗੇ ਇਸ ਮੁੱਦੇ ਦੇ हर तरह की खबर सब तो पहला वेखन लई सबसक्राइब करो चैनल काशी टीवी हर अपडेट का संकेत मिलता रहे दबाओ बैल आइकन अते लाइक करो फेसबुक पेज काशी टीवी।